ਤਾਂ ਹਾਂਜੀ ਦੋਸਤੋ, ਦੇਸੀ ਆਰਟ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅਤੇ ਇਸ ਵੀਡੀਓ ਦੇ ਵਿੱਚ ਇੱਕ ਦੋ ਹੋਰ ਨਵੀਂ ਅਪਡੇਟਸ ਤੁਹਾਡੇ ਸਾਰਿਆਂ ਦੇ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਤਾਂ ਕਰ ਲੈਂਦੇ ਹਾਂ ਵੀਡੀਓ ਨੂੰ ਸ਼ੁਰੂਆਤ ਦੀ ਆਪਣੀ ਪਹਿਲੀ ਅਪਡੇਟ ਦੇ ਨਾਲ। ਸਭ ਤੋਂ ਪਹਿਲਾਂ ਤਾਂ ਇੱਕ ਤੁਹਾਨੂੰ ਵੱਖਰੀ ਜਿਹੀ ਅਪਡੇਟ ਦੇ ਦਈਏ ਕਰਨ ਔਜਲੇ ਦੇ ਰਿਲੇਟਡ। ਤਾਂ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਆਪਾਂ ਨੂੰ ਇੱਕ ਭਰਾ ਨੇ ਇੱਕ ਫੋਟੋ ਆ ਉਹ ਸ਼ੇਅਰ ਕੀਤੀ ਹੈ, ਜਿਹਦਾ ਕਿ ਕੱਲ੍ਹ ਜੇਲ੍ਹ ਵਾਰਡਨ ਦੀ ਪੋਸਟ ਦਾ ਪੇਪਰ ਸੀਗਾ। ਅਤੇ ਉਸ ਪੇਪਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਕ ਕੁਐਸਚਨ ਆਇਆ ਸੀਗਾ ਜਿਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਹੇਠ ਲਿਖੇ ਵਿੱਚੋਂ ਕਿਸ ਨੇ ਦੋ ਫਿਲਮਾਂ ਕਾਫਿਲਾ ਅਤੇ ਹਵਾਏ ਬਣਾਈਆਂ। ਅਤੇ ਇਸ ਦੀ ਅੱਗੇ ਤੁਹਾਨੂੰ ਦੱਸ ਦਈਏ ਕਿ ਚਾਰ ਆਪਸ਼ਨਾਂ ਦਿੱਤੀਆਂ ਹੋਈਆਂ ਸੀ ਅਤੇ ਉਹਨਾਂ ਦੇ ਵਿੱਚ ਇੱਕ ਆਪਸ਼ਨ ਸੀਗੀ ਕਰਨ ਔਜਲੇ ਦੀ, ਜੋ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਹੀ ਵੇਖ ਸਕਦੇ ਹੋ। ਤਾਂ ਇਸ ਤਰ੍ਹਾਂ ਹੁਣ ਪੇਪਰਾਂ ਦੇ ਵਿੱਚ ਵੀ ਕਰਨ ਔਜਲੇ ਦਾ ਨਾਮ ਉਹ ਆਇਆ ਹੈ ਪਹਿਲੀ ਵਾਰ। ਅਤੇ ਬਾਕੀ ਕਿਵੇਂ ਦੀ ਲੱਗੀ ਅਪਡੇਟ ਕਮੈਂਟ ਕਰਕੇ ਜ਼ਰੂਰ ਦੱਸੋ। ਅਤੇ ਹੁਣ ਗੱਲ ਕਰ ਲੈਂਦੇ ਆਪਣੀ ਮੇਨ ਅਪਡੇਟ ਬਾਰੇ। ਤਾਂ ਜਿਵੇਂ ਕਿ ਤੁਹਾਡੇ ਵਿੱਚੋਂ ਬਹੁਤੇ ਨੇ ਦੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਰੁਪਨਵਲ ਅਤੇ ਸੁੱਖ ਸੰਘੇੜੇ ਹੋਰਾਂ ਦੀ ਲੜਾਈ ਉਹ ਚੱਲ ਰਹੀ ਹੈ। ਬਾਕੀ ਇਸ ਦਾ ਮੇਨ ਕਾਰਨ ਤੁਹਾਨੂੰ ਸਾਰੇ ਨਹੀਂ ਦੱਸ ਦੀ ਕਿ ਇੱਕ ਦੋ ਦਿਨ ਪਹਿਲਾਂ ਪ੍ਰੇਮ ਢਿੱਲੋਂ ਦੇ ਨਵੇਂ ਗਾਣੇ ਦੀ ਵੀਡੀਓ ਸੀ ਉਹ ਆਈ ਸੀ, ਜਿਸ ਗਾਣੇ ਦਾ ਨਾਮ ਸੀ ਸ਼ਾਹਜੀ। ਅਤੇ ਇਸ ਦੇ ਵਿੱਚ ਤੁਹਾਨੂੰ ਦੱਸ ਦੀ ਕਿ ਸੁੱਖ ਸੰਘੇੜੇ ਨੇ ਕੁਝ ਕੁ ਸੀਨ ਕਾਪੀ ਕੀਤੇ ਹਨ ਰੁਪਨਵਲ ਦੀਆਂ ਬਣਾਈਆਂ ਗਈਆਂ ਵੀਡੀਓ ਦੇ ਵਿੱਚੋਂ, ਜਿਨ੍ਹਾਂ ਨੂੰ ਲੈ ਕੇ ਰੁਪਨਵਲ ਨੇ ਕੁਝ ਕੁ ਰਿਪਲਾਈ ਉਹ ਕੀਤੇ ਹਨ ਸੁੱਖ ਸੰਘੇੜੇ ਨੂੰ। ਤਾਂ ਜਿਵੇਂ ਕਿ ਆਪਾਂ ਨੇ ਤੁਹਾਨੂੰ ਪਹਿਲਾਂ ਵੀ ਇੱਕ ਅਪਡੇਟ ਦਿੱਤੀ ਸੀ ਕਿ ਕੁਝ ਲੋਕ ਪਹਿਲਾਂ ਇਹ ਕਹਿ ਰਹੇ ਸੀ ਕਿ ਜਿਹੜਾ ਜੀਪ ਵਾਲਾ ਸੀਨ ਹੈ ਉਹ ਕਰਨ ਔਜਲੇ ਤੋਂ ਕਾਪੀ ਕੀਤਾ ਹੈ, ਪਰ ਉਸ ਚੀਜ਼ ਨੂੰ ਆਪਾਂ ਕਾਪੀ ਨਹੀਂ ਕਹਿ ਸਕਦੇ ਕਿਉਂਕਿ ਚਿੱਟਾ ਕੁੜਤਾ ਅਤੇ ਸ਼ਾਹਜੀ ਦੋਵੇਂ ਗਾਣੇ ਦੀ ਵੀਡੀਓ ਸੀ ਉਹ ਸੁੱਖ ਸੰਘੇੜੇ ਨੇ ਹੀ ਬਣਾਈ ਸੀ, ਇਸ ਲਈ ਆਪਾਂ ਉਸ ਚੀਜ਼ ਨੂੰ ਤਾਂ ਕਾਪੀ ਨਹੀਂ ਕਹਿ ਸਕਦੇ। ਪਰ ਉਸ ਤੋਂ ਇਲਾਵਾ ਦੋ ਤਿੰਨ ਸੀਨ ਅਜਿਹੇ ਹਨ ਜਿਨ੍ਹਾਂ ਨੂੰ ਆਪਾਂ ਕਾਪੀ ਕਹਿ ਸਕਦੇ ਹਾਂ, ਕਿਉਂਕਿ ਸ਼ਾਹਜੀ ਗਾਣੇ ਦੀ ਵੀਡੀਓ ਦੇ ਵਿੱਚ ਇੱਕ ਸੀਨ ਕਾਪੀ ਕੀਤਾ ਗਿਆ ਹੈ ਕਰਨ ਔਜਲੇ ਦੇ ਚੁਗਣ ਡੂ ਗਾਣੇ ਦੇ ਵਿੱਚੋਂ। ਤਾਂ ਜਿਵੇਂ ਕਿ ਕਰਨ ਔਜਲੇ ਦਾ ਗਾਣਾ ਸੀ ਉਹ ਰੇਸਿੰਗ ਟਰੈਕ ਦੇ ਉੱਪਰ ਸ਼ੂਟ ਕੀਤਾ ਗਿਆ ਸੀ, ਤਾਂ ਜਿਸ ਹਿਸਾਬ ਨਾਲ ਉੱਥੇ ਡਰੋਨ ਵਾਲੇ ਕੈਮਰੇ ਦੇ ਨਾਲ ਵੀਡੀਓ ਨੂੰ ਸ਼ੂਟ ਕੀਤਾ ਗਿਆ ਸੀ, ਤਾਂ ਜਿਵੇਂ ਕਿ ਤੁਸੀਂ ਨੇ ਕਰਨ ਔਜਲੇ ਦੇ ਗਾਣੇ ਦੀ ਵੀਡੀਓ ਦੇਖੀ ਹੋਵੇਗੀ, ਤਾਂ ਉਸੇ ਤਰ੍ਹਾਂ ਦਾ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ ਸ਼ਾਹਜੀ ਗਾਣੇ ਦੇ ਵਿੱਚ। ਤਾਂ ਤੁਹਾਨੂੰ ਦੱਸ ਦਈਏ ਕਿ ਦੋਵੇਂ ਗਾਣੇ ਦੀ ਵੀਡੀਓ ਆਪਾਂ ਵੀਡੀਓ ਦੇ ਲਾਸਟ ਤੇ ਐਡ ਕਰ ਦੇਵਾਂਗੇ। ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸੁੱਖ ਸੰਘੇੜੇ ਨੇ ਇੱਕ ਸਟੋਰੀ ਪਾਈ ਸੀਗੀ ਜੋ ਕਿ ਤੁਸੀਂ ਆਪਣੀ ਸਕਰੀਨ ਤੇ ਵੀ ਵੇਖ ਸਕਦੇ ਹੋ, ਜਿਸ ਦੇ ਉੱਪਰ ਸੁੱਖ ਸੰਘੇੜੇ ਨੇ ਆਈ ਐਮ ਕਾਰਡਿਵ ਨੂੰ ਮੈਂਸ਼ਨ ਕੀਤਾ ਸੀਗਾ ਤੇ ਨਾਲ ਹੀ ਲਿਖਿਆ ਸੀਗਾ ਕਿੰਨੀ ਨੇ ਆਪਣੀ ਸਟੋਰੀ ਦੇ ਵਿੱਚ ਤੇ ਹਾਂ ਹੈਗੀਆਂ ਗਾਣੇ ਦੀ ਵੀਡੀਓ ਨੂੰ ਉਹ ਸ਼ੇਅਰ ਕੀਤਾ, ਤੇ ਨਾਲ ਹੀ ਉਸ ਗਾਣੇ ਦੀ ਰਿਲੀਜ਼ ਡੇਟ ਨੂੰ ਹਾਈਲਾਈਟ ਕੀਤਾ ਤੇ ਉਸ ਦੇ ਉੱਪਰ ਲਿਖਿਆ ਫੈਕਟ ਕਾਰਡੀ ਵੀ ਬੜੀ ਸੋਹਣੀ ਆ। ਤੇ ਇਸ ਤੇ ਜਿਵੇਂ ਕਿ ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਹੋ ਕੈਮਰੇ ਦਾ ਐਂਕਲ ਉੱਪਰੋਂ ਲਿਆ ਜਾ ਰਿਹਾ ਤੇ ਨਾਲ ਹੀ ਨੀਚੇ ਆਪਾਂ ਨੂੰ ਬਹੁਤ ਸਾਰੇ ਸੱਪ ਹਨ ਉਹ ਵੇਖਣ ਨੂੰ ਮਿਲ ਰਹੇ ਹਨ। ਤਾਂ ਇਸੇ ਤਰ੍ਹਾਂ ਦੀ ਸੀਨ ਆਪਾਂ ਨੂੰ ਦੇਖਣ ਨੂੰ ਮਿਲਿਆ ਸੀ ਕਰਨ ਔਜਲੇ ਦਾ ਹਾਂ ਹੈਗਾ ਗਾਣੇ ਦੇ ਵਿੱਚ। ਤਾਂ ਇੱਥੇ ਰੁਪਨ ਵਾਲ ਦਾ ਇਹੀ ਕਹਿਣਾ ਹੈ ਕਿ ਇਹ ਸੀਨ ਸੁੱਖ ਸੰਘੇੜੇ ਨੇ ਉਹਨਾਂ ਦੀ ਵੀਡੀਓ ਤੋਂ ਕਾਪੀ ਕੀਤੇ ਹਨ। ਤੇ ਅੱਗੇ ਵੀਡੀਓ ਦੇ ਵਿੱਚ ਤੁਸੀਂ ਉਹ ਦੋਵੇਂ ਕਲਿੱਪਸ ਉਹ ਦੇਖ ਸਕਦੇ ਹੋ ਤੇ ਆਪਣੀ ਪੁਰਾਣੀ ਵੀਡੀਓ ਦਾ ਲਿੰਕ ਤੁਹਾਡੀ ਸਕਰੀਨ ਤੇ ਹੋਵੇਗਾ ਤੇ ਇਹੀ ਵੀਡੀਓ ਵੀ ਚੈੱਕ ਕਰਿਓ।